अस्सलाम वालेकुम जी, वेलकम है थोड़ा सब का एक नवे ब्लॉग के विच। ते आज दा प्लान है घूमन फिरन दा, लाहौर तो बाहर निकल के ते चलने हैं जी असी करतारपुर साहब। ते रस्ते दे विच बहुत कुछ वेखन नूं आउंदा है, रुकांगे, खावांगे, पीआंगे, मौज मस्ती करदे चलांगे। ते जुड़े रहे जी नाल साढ़े। ਲਈ ਸਾਡੇ ਤਿੰਨ ਗਲਾਸ ਰੈਡੀ ਹੋ ਗਏ। ਕੀ ਕੀ ਪਾਇਆ ਬਈ ਮੁੰਡਿਆ? ਗੰਨੇ ਮੈਨੂੰ ਲੱਗਦਾ ਉਹ ਪਿੱਛੋਂ ਕਮਾ ਚ ਲੈ ਗਏ। ਵਾਹ, ਦੇਸੀ ਪੰਜਾਬ, ਪੰਜਾਬ ਦੇਸੀ। ਲਓ ਜੀ ਫਰੈਸ਼ ਫਰੈਸ਼ ਗੰਨੇ ਪਾ ਜੀ, ਜੋ ਜੋ ਚੀਜ਼ਾਂ ਹੈ ਨਾ ਸਾਰਾ ਕੁਛ ਪਾ ਦੇਣਾ। ਕੀ ਕੀ ਰੱਖਿਆ ਜੇ? ਨਿੰਬੂ ਤੇ ਅਦਰਕ ਵੀ। ਭਾਈ ਕਿੰਨੇ ਟਾਈਮ ਤੋਂ ਬਾਅਦ ਇਹ ਸ਼ੁਗਲ ਕਰਨ ਲੱਗੇ ਹੋ ਇਹ ਵਾਲਾ ਕੰਮ? ਇਹ ਵਾਲਾ ਮੈਂ ਆਸਟ੍ਰੇਲੀਆ 'ਚ ਕੀਤਾ ਸੀਗਾ ਮੇਰੇ ਖਿਆਲ ਨਾਲ। ਉੱਥੇ ਚਲੋ ਕਦੇ ਕਦਾਈ ਪੀ ਲਈਦਾ, ਬਟ ਆਪਣਾ ਜਿਹੜਾ ਮੇਨ ਹੈਗਾ ਇੱਥੇ ਆਸਟ੍ਰੇਲੀਆ ਵਾਲਾ ਇੰਜ ਕੀਤਾ ਸੀ ਆ ਸਿਰੇ ਦੇ ਕਮਾਦ। ਮੈਂ ਇਹ ਗੱਲ ਕਰਦਾ ਕਿ ਪੀਤਾ ਸੀ, ਪੀਤੇ ਨੂੰ ਛੱਡ ਦਿਓ। ਇਹ ਵਾਲਾ ਉਹੀ ਮੈਂ ਤੁਹਾਨੂੰ ਅਗਲੀ ਗੱਲ ਦੱਸਣ ਲੱਗਾ ਸੀ ਕਿ ਘੱਟੋ ਘੱਟ ਮੇਰੇ ਖਿਆਲ ਨਾਲ 10-12 ਸਾਲ ਹੋ ਗਏ ਹੋਣੇ ਅੱਗੇ ਜਿਹੜਾ ਪਹਿਲੀ 'ਚ ਆਪ ਯਾਨੀ ਪੁੱਟ ਕੇ ਲਿਆ ਗਿਆ ਵਾ ਨਾ, ਪੁੱਟ ਕੇ ਇਥੋਂ ਤੋਂ ਇਦਾਂ ਕਰਕੇ ਸਿੱਧਾ ਫਰੈਸ਼, ਮਤਲਬ ਕਿ ਇਹ ਤੋਂ ਫਰੈਸ਼ ਕੁਝ ਨਹੀਂ ਹੋ ਸਕਦਾ। ਹਾਂ ਬਿਲਕੁਲ, ਉਹਨੇ ਸਿਰ ਦੇ ਉੱਤੇ ਵੇਖੋ ਉੱਥੋਂ ਜਾ ਕੱਢ ਕੇ ਲਿਆਂਦਾ ਤੇ ਇੱਥੇ ਸਾਨੂੰ ਦੇਤਾ ਜੀ। ਹੁਣ ਵੇਖੋ ਪੋਰਟੇਬਲ ਜ਼ਮਾਨਾ ਆ ਗਿਆ, ਉਹਨਾਂ ਨੇ ਰਾਤ ਨੂੰ ਆਪਣਾ ਉਹ ਕੀ ਕਹਿੰਦੇ ਨੇ ਵੇਲਣਾ ਜਾਂ ਛਿੱਕ ਕੇ ਲੈ ਜਾਂਦੇ ਨੇ। ਪਹਿਲੇ ਤੇ ਬਿਲਕੁਲ ਸਿਰ ਦੇ ਉੱਤੇ ਹੁੰਦਾ ਸੀ, ਉਦੋਂ ਤੇ ਉਹ ਹੁੰਦੇ ਸੀ ਨਾ ਟੱਗੇ ਟੁੱਗੇ ਜਾਂ ਕੋਈ, ਉਹਨਾਂ ਨੂੰ ਜੋ ਲੈਂਦੇ ਸਨ ਉਹਨਾਂ ਨੂੰ ਅੱਗੇ ਲਾ ਕੇ ਤੇ ਫਿਰ ਬਣਾਉਂਦੇ ਸਨ। ਬਣ ਗਈ ਗੱਲ ਭਾਈ, ਕਿੰਨਾ ਕੁਛ ਵੇਖ ਲਓ ਹੁਣ ਤਾਮ ਜਾਮ ਹਾਲਾਂਕਿ ਸਿਰ ਤੇ ਹੀ ਹੈ, ਉਦੋਂ ਇਹ ਚੀਜ਼ਾਂ ਹੈ ਵੀ ਨਹੀਂ ਸਨ ਨਾ ਇੰਨੀ ਕੋਈ ਸਫਾਈ। ਸਿੱਧਾ ਫੜੋ ਤੇ ਪੀਓ, ਸਫਾਈ ਹੈ ਪਹਿਲਾਂ ਗੰਨਿਆਂ ਨੂੰ ਇਹਨਾਂ ਨੇ ਧੋਤਾ ਧੋਤਾ ਬਿਲਕੁਲ ਜੀ, ਗੰਨੇ ਉਸ ਨਲਕੇ ਤੇ ਧੁੱਪੇ ਨੇ। ਉਹਦੀ ਵਜ੍ਹਾ ਇਹ ਕਿ ਇੱਥੇ ਖਾਦਾਂ ਬੜੀਆਂ ਮਹਿੰਗੀਆਂ, ਵੀ ਬੜੇ ਮਹਿੰਗੇ ਨੇ, ਲੋਕਾਂ ਨੂੰ ਨਾ ਮਤਲਬ ਕੋਈ ਇੰਨੀ ਗਵਰਨਮੈਂਟ ਵੱਲੋਂ ਸਹੂਲਤ ਨਹੀਂ ਹੈ। ਹੁਣ ਜਿਵੇਂ ਕਣਕਾਂ ਨੇ ਨਾ ਖਾਦ ਪੈਣੀ, ਖਾਦ ਨਹੀਂ ਮਿਲਦੀ, 15,000 ਰੁਪਏ ਦਾ DAP ਦਾ ਤੋੜਾ ਉਹ ਵੀ ਨਹੀਂ ਲੱਭ ਰਿਹਾ। ਪੈਸੇ ਪੇ ਕਰਨ ਲਈ ਕਿਸਾਨ ਤਿਆਰ ਹੈ, ਪਰ ਕਿਸਾਨ ਮੈਂ ਨਾ ਹੁਣ ਉਹਦੀ ਮਜਬੂਰੀ ਹੈ, ਉਹ ਕੀ ਕਰੇ ਜੇ ਨਹੀਂ ਕਰੇਗਾ ਤੇ ਉਹਦੀ ਫਸਲ ਖਰਾਬ ਹੁੰਦੀ ਹੈ ਜੇ ਉਹ ਪੈਸੇ। ਹਾਂਜੀ, ਕੀ ਕਰਦਾ? ਯੂਰੀਆ ਬਲੈਕ ਮਿਲਦਾ। ਕਿੰਨੇ ਦਾ ਤੋੜਾ? ਉਹ ਲੱਭਦਾ ਨੀ, ਬਲੈਕ ਆਉਂਦਾ ਲੱਭਦਾ। ਉਹ ਛੱਟਾ ਕਣਕ ਦਾ ਦੇ ਲੈਂਦਾ, ਉਹਦੀ ਮਜਬੂਰੀ ਬਣ ਜਾਂਦੀ ਹੈ, ਜੇ ਨਹੀਂ ਦਿੰਦਾ ਉਹਨੂੰ ਖਾਦ ਪਾਉਂਦਾ ਦਵਾਈ ਨਹੀਂ ਪਾਉਂਦਾ ਉਹ ਫਸਲ ਮਰਦੀ ਹੈ, ਤੇ ਜੇ ਉਹ ਪਾਉਂਦਾ ਫਿਰ ਉਹ ਆਪ ਮਰਦਾ, ਕਿਉਂਕਿ ਉਹ ਰੇਟ ਤੇ ਉਹੀ ਹੈ। ਪਿਛਲੀ ਵਾਰੀ ਇੱਥੇ ਤਾਂ ਬਣਦਾ ਰੇਟ ਹੈਗਾ 3,400, ਗਵਰਨਮੈਂਟ ਨੇ ਉਹ 4,000 ਕਰ ਦਿੱਤਾ, ਤੇ ਮਹਿੰਗਾਈ ਜਿਹੜੀ ਟ੍ਰਿਪਲ ਹੋ ਗਈ, ਡਬਲ ਨਹੀਂ ਟ੍ਰਿਪਲ ਹੋ ਗਈ। ਉਹਨਾਂ ਰੇਟ ਵਧਿਆ ਨਹੀਂ, ਹੋਰ 100 ਰੁਪਇਆ ਵਧਿਆ ਮਣ ਪਿੱਛੇ ਵੀ ਹੈ ਮਹਿੰਗਾਈ। ਹੁਣ DAP ਮੇਰੇ ਖਿਆਲ ਪਿਛਲੀ ਵਾਰੀ ਕਹਿੰਦਾ ਕਿੰਨੇ ਦਾ ਸੀ DAP? ਡਾਲੇ ਡੁਲੇ ਲਾ ਕੇ ਆ ਜਾਣਾ ਉਹਨਾਂ ਨੇ ਕਿ ਬਈ ਆਹ ਕਣਕ ਪਹੁੰਚਾਓ ਸਾਨੂੰ, ਯਾਨੀ ਸਰਕਾਰ ਨੂੰ। ਜਦੋਂ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ DAP ਜਾਂ ਜਿਹੜੀ ਵੀ ਖਾਦ ਹੈ ਉਹ ਕਿਸਾਨਾਂ ਤੱਕ ਪਹੁੰਚਾ ਦੇ, ਉਹ ਹੁਣ ਵਾਲੀ ਵਾਰਸ ਸੀ, ਕੋਈ ਨਹੀਂ, ਹੁਣ ਕੋਈ ਵਾਲੀ ਵਾਰਸ ਨਹੀਂ, ਉਹ ਬੈਠੇ ਆਪਣੇ ਕਮਰਿਆਂ 'ਚ ਆਰਾਮ ਨਾਲ ਮੌਜਾਂ ਕਰਨ ਦੇ ਨੇ। ਬਸ ਉਹਨਾਂ ਨੇ ਮਹੀਨਾ ਕੁ 15 ਕੁ ਦਿਨ ਡਿਊਟੀ ਕਰਨੀ ਹੈ ਕਿ ਕਿਸਾਨਾਂ ਦੀ ਉਹਨਾਂ ਤੋੜ ਪੁੱਟ ਦੇਣੀ ਕਿ ਬਾਈ ਵਾਰਨਾ ਪਹੁੰਚਾਓ, ਉੱਥੇ ਕਿਸਾਨ ਵਿਚਾਰਾ ਮਰ ਜਾਂਦਾ। ਹੁਣ ਇੱਕ ਬੰਦੇ ਨੇ ਸਾਰੀ ਜ਼ਿੰਦਗੀ ਕੀਤਾ ਹੀ ਕੰਮ ਬਾਈ ਬੀਜੀ ਦਾ, ਹੁਣ ਹੋਰ ਕੰਮ ਹੀ ਨਹੀਂ, ਉਹ ਕੀ ਕਰੇ ਵਿਚਾਰਾ, ਉਹਦੀ ਮਜਬੂਰੀ ਹੈ।
ਉਹਦੀ ਜ਼ਮੀਨ ਹੈ ਉਹ ਛੱਡ ਕੇ ਕਿਸੇ ਪਾਸੇ ਜਾਣ ਜੋਗਾ ਨਹੀਂ, ਉਹ ਕੁਛ ਕਰਨ ਜੋਗਾ ਨਹੀਂ। ਜ਼ਿਲ੍ਹਾ ਹਾਂ, ਮਤਲਬ ਹੁਣ ਇਸ ਜ਼ਿਲ੍ਹੇ ਦੀ ਕਣਕ ਕਿਤੇ ਬਾਹਰ ਦੂਸਰੇ ਜ਼ਿਲ੍ਹੇ 'ਚ ਨਹੀਂ ਜਾ ਸਕਦੇ, ਨਹੀਂ ਜਾ ਸਕਦੇ, ਨਹੀਂ ਜਾ ਸਕਦੇ। ਤੁਹਾਡੀ ਪੈਲੀ ਇੱਥੇ ਦੇ ਨਾ, ਤੁਸੀਂ ਕਹੋ ਕਿ ਮੈਂ ਇੱਥੋਂ ਆਪਣਾ ਦਾਣਾ ਚੁੱਕ ਕੇ ਆਪਣੇ ਹੀ ਘਰ ਖੜਨ ਲਗਾਵਾਂ ਤੇ ਤੁਹਾਡਾ ਘਰ ਕਸੂਰ ਤੇ ਜਾਂ ਲਾਹੌਰ ਤੇ ਨਹੀਂ ਜਾ ਸਕਦਾ? ਤੁਸੀਂ ਨਹੀਂ, ਮੈਂ ਆਪਣੀ ਗੱਲ ਦੱਸਦਾ, ਮੈਂ ਬਿਲਕੁਲ ਲਾਹੌਰ ਦੇ ਨਾਲ ਸ਼ੇਖੂਪੁਰਾ ਜ਼ਿਲ੍ਹਾ ਬਿਲਕੁਲ ਫਿਰੋਜ਼ ਵਾਲਾ ਸਾਡੇ ਤਹਿਸੀਲ, ਉੱਥੋਂ ਕਣਕ ਤੁਸੀਂ ਕੱਟਣੀ ਜਿਹੜੀ ਇੱਕ 20 ਮਨ ਕਣਕ ਘਰ ਨਹੀਂ ਖੜ ਸਕਦੇ ਲਾਹੌਰ। ਮਤਲਬ ਕਿਸਾਨ ਆਪ ਦੀ ਉਗਾਈ ਹੋਈ ਫਸਲ ਹੀ ਨਹੀਂ ਖਾ ਸਕਦਾ? ਨਹੀਂ, ਉਮਰ ਸਾਰੀ ਗੱਲ ਅਸੀਂ ਪਿੰਡਾਂ ਦੇ ਸਾਡੇ ਘਰ ਨੇ, ਅਸੀਂ ਉੱਥੇ ਰੱਖ ਲੈਂਦੇ ਹਾਂ, ਪਰ ਗੱਲ ਕਰਨ ਦਾ ਗੱਲ ਇਹ ਹੈ ਕਿ ਉਹ ਤਾਂ ਗੱਲ ਇਹ ਕਿ ਤੁਸੀਂ ਫ੍ਰੀਲੀ ਇਹ ਨਹੀਂ ਕਹਿ ਸਕਦੇ ਕਿ ਆ ਮੇਰੀ ਫਸਲ ਹੈ ਮੈਂ ਖਾਣੀ, ਛੱਡੀ ਦੋ ਤੋਂ ਉਹ ਚੋਰੀ ਵਾਲਾ ਕੰਮ, ਕਣਕ ਦੀ ਜਾਣਕਾਰੀ ਚੋਰੀ ਵਾਲਾ ਕੰਮ। ਮੈਂ ਹਾਂ ਦੂਜੇ ਤਰੀਕੇ ਨਾਲ ਕਿਸਾਨੀ ਦਾ ਇੱਥੇ ਬੜਾ ਸਰਕਾਰੀ ਲੈਵਲ ਤੇ ਕਿਸਾਨ ਨੂੰ ਕੋਈ ਸ਼ੈਲਟਰ ਨਹੀਂ, ਕੋਈ ਤਹਾਫਜ਼ ਨਹੀਂ ਹੈ ਕਿਸਾਨ ਨੂੰ, ਸਾਡਾ ਜਿਹੜੀ ਗਵਰਨਮੈਂਟ ਹੈ ਕੋਈ ਤਹਾਫਜ਼ ਨਹੀਂ। ਠੇਕੇ ਇੱਥੇ ਢਾਈ ਢਾਈ ਦੋ ਦੋ ਲੱਖ ਰੁਪਈਆ ਜਿਹੜਾ ਨਾ ਠੇਕਾ, ਤੁਸੀਂ ਹਿਸਾਬ ਲਾ ਲਓ, ਇੱਕ ਬੰਦਾ ਅਗਰ ਠੇਕੇ ਤੇ ਜ਼ਮੀਨ ਲੈਂਦਾ 1.5 ਲੱਖ ਨੂੰ ਵੀ ਲੈ ਲਓ, ਦੋ ਨੂੰ ਲੈ ਲਓ, ਉਹਦੇ ਉੱਤੇ ਉਹ 2 ਲੱਖ ਲਾ ਦਿੰਦਾ, ਬਾਅਦ ਚ ਉਹਨੂੰ ਪਤਾ ਲੱਗਦਾ 1.5 ਲੱਖ ਰੁਪਈਆ ਉਹ ਸਾਰਾ ਆਇਆ, ਉਹ ਤਾਂ ਮਰ ਗਿਆ, 1000 ਕੋਲੋਂ ਪੈ ਗਿਆ। ਮਾੜੇ ਹਾਲਾਤ ਨੇ ਉਧਰ, ਜ਼ਮੀਨਾਂ ਖੁੱਲੀਆਂ ਨੇ, ਸਹੂਲਤਾਂ ਨਹੀਂ ਹੈ। ਦੇਖੋ ਨਾ ਰਕਬੇ ਹੁਣ ਕਿੱਥੇ ਕਿਸੇ, ਉਹ ਪਿੰਡ ਇੱਕ ਮੇਰਾ ਖਿਆਲ ਹੈ ਕੋਈ ਮੇਰਾ ਖਿਆਲ ਮੀਲ ਤੋਂ ਵੀ ਅੱਗੇ ਹੋਏ ਆ ਗਏ ਹਾਂ ਜੀ ਕਰਤਾਰਪੁਰ ਸਾਹਿਬ, ਅਤੇ ਇੱਥੇ ਸਾਨੂੰ ਇੱਕ ਬਜ਼ੁਰਗ ਮਿਲੇ ਨੇ, ਅਤੇ ਉਹਨਾਂ ਦੀ ਉਮਰ ਤਕਰੀਬਨ ਹੈਗੀ ਹੈ 97 ਸਾਲ, ਅਤੇ ਉਹ ਇੱਥੇ ਨਾ ਆਪਣਾ ਕਾਫੀ ਤਾਮ ਜਾਮ ਲੈ ਕੇ ਪਹੁੰਚੇ ਨੇ, ਅਤੇ ਚੱਲਦੇ ਹਾਂ ਅੰਦਰ ਦੇਖਦੇ ਹਾਂ ਜੀ ਉਹ ਜਿਹੜੇ ਉਹਨਾਂ ਦੇ ਪਿੰਡੋਂ ਉੱਠ ਕੇ ਲੋਕ ਆਏ ਨੇ ਉਹਨਾਂ ਨੂੰ ਮਿਲਣ ਵਾਸਤੇ ਆਏ ਨੇ, ਉਹ ਕਿੰਨੇ ਕੁ ਲੋਕ ਨੇ, ਚੱਲਦੇ ਅੰਦਰ ਅਤੇ ਤੁਹਾਨੂੰ ਮਾਣਦੇ ਹਾਂ। ਮਾਮਲਾ ਬਾਬੇ ਨੇ ਐਲਾਨ ਕਰਕੇ ਲੈਂਦੇ ਜੀ ਉੱਪਰ। ਇੱਥੇ ਰੱਖ ਦਿਓ ਨਾ, ਇੱਥੇ ਮੰਡਲੀ ਕਾਲੇ ਫੜਾਈ ਸਾਰੇ, ਅੱਜ ਲੇਟ ਹੋ ਗਏ ਕਿੱਦਾਂ? ਲੇਟ 3 ਘੰਟੇ ਉੱਥੇ ਅੜੇ ਰਹਿ ਜਾ ਕੇ, ਬਿਲਕੁਲ ਮੈਂ ਪਹੁੰਚਾਂਗਾ ਹੋਰ ਪਿੰਡ ਦਾ ਹਾਲਾਤ। ਅੱਛਾ ਮੈਨੂੰ ਲਿਖ ਕੇ ਦਿਓ ਨਾ ਤੇ ਕਿਸ ਤਰ੍ਹਾਂ ਬੀਜਾ ਮਿਲ ਸਕਦੇ, ਭਤੀਜੇ ਜੀ ਉਹਨਾਂ ਕੋਲ 45 ਏਜੰਸੀਆਂ ਵਾ ਇਸਲਾਮਾਬਾਦ ਤੇ ਉਹਨਾਂ ਨੇ ਹੁਣ ਇਹਨਾਂ ਨੂੰ ਬਾਬੇ ਨੂੰ ਤਿਆਰ ਕੀਤਾ ਵੀ ਤੁਹਾਡਾ ਵੀਜ਼ਾ ਬਣ ਦੀ ਬਾਤ ਜੀ। ਬਜ਼ੁਰਗ ਆ ਗਏ ਨੇ ਸਾਡੇ ਨਾਲ, ਇਹਨਾਂ ਨੇ ਮਿਲੇ ਆਪਣੇ ਪਿੰਡ ਤੋਂ ਜਿਹੜੇ ਉਧਰੋਂ ਇੰਡੀਆ ਤੋਂ ਆਏ ਸਨ ਕਰਤਾਰਪੁਰ ਸਾਹਿਬ, ਇਹਨਾਂ ਨੂੰ ਮਿਲ ਕੇ ਗਏ ਨੇ, ਇਹਨਾਂ ਨਾਲ ਗੱਪਸ਼ਪ ਲਾਉਂਦੇ ਹਾਂ। ਬਜ਼ੁਰਗੋ ਤੁਹਾਡਾ ਨਾਮ ਪੂਰਾ ਕੀ, ਇਹਦਾ ਨਾਂ ਦੱਸਿਆ ਜੀ ਆਪਣਾ? ਹਾਜੀ ਹਾਕਮ ਅਲੀ, ਠੀਕ ਹੈ। ਚਲੋ ਮੋਬਾਈਲ ਨੰਬਰ ਅਸੀਂ ਬਾਅਦ 'ਚ ਵੇਖ ਲੈਂਦੇ ਹਾਂ, ਮੋਬਾਈਲ ਨੰਬਰ ਦਾ ਰੌਲਾ ਪੈ ਜਾਣਾ, ਨੰਬਰ ਫੋਨ ਬੜੇ ਆਉਣੇ ਜੇ, ਬਾਅਦ 'ਚ ਤੁਸੀਂ ਕਹਿਣਾ ਕਿਹੜੇ ਸਿਆਪੇ ਨੂੰ ਪੈ ਗਿਆ ਮੈਂ। ਚਲੋ ਤੁਸੀਂ ਆਪ ਦਾ ਅੱਛਾ, ਹਾਂ ਤੁਸੀਂ ਇਹ ਦੱਸੋ ਆਪਣਾ ਇੰਡੀਆ ਦਾ ਕਿਹੜਾ ਆਪਣਾ ਪੰਜਾਬ ਦਾ ਸ਼ਹਿਰ ਤੇ ਪਿੰਡ ਸੀ ਕਿਹੜਾ ਸੀ? ਉੱਧਰ ਪਟਿਆਣਾ, ਠੀਕ ਹੈ। ਤੇ ਤੁਸੀਂ 47 ਵੇਲੇ ਜਦੋਂ ਆਏ ਉੱਠ ਕੇ, ਉਦੋਂ ਕਿੰਨੀ ਉਮਰ ਸੀ ਆਪਣੀ? 19 ਸਾਲ ਉਮਰ ਸੀ। ਚੰਗੇ ਭਲੇ ਹੋਈ ਸੀ? ਚੰਗੀ ਭਲੀ, ਮੈਂ ਫਲ ਵਾਹੇ ਫਲੇ ਵਾਹੇ ਕਣਕਾਂ ਵੱਢੀਆਂ,
ਚਲੋ ਜੀ ਸਹੀ ਹੈ। ਹੋਰ ਬਾਕੀ ਜਦੋਂ ਆਏ ਹੋ ਪਿੰਡਾਂ ਨੂੰ ਉੱਠ ਕੇ, ਉਹ ਜਿਹੜਾ ਤੁਹਾਡਾ ਪਿੰਡ ਸੀ ਉਹ ਜ਼ਿਆਦਾ ਸਰਦਾਰਾਂ ਦਾ ਪਿੰਡ ਸੀ ਜਾਂ? ਨਹੀਂ, ਇੱਧਰ ਸਾਡਾ ਸ਼ਹਿਰ ਉਹਨਾਂ ਦਾ ਸੀ। ਅੱਛਾ ਅੱਛਾ, ਤੁਸੀਂ ਫਿਰ ਉੱਥੇ ਆਪਣਾ ਵਾਈ ਬੀ ਜੀ ਕਰਦੇ ਸੀ, ਕੀ ਕੰਮ ਸੀ ਤੁਹਾਡਾ? ਠੀਕ ਹੈ। ਅੱਛਾ, ਲੰਬੜਦਾਰੀ ਸੀ ਤੁਹਾਡੀ? ਠੀਕ ਹੋ ਗਿਆ। ਅੱਛਾ ਅੱਛਾ, ਤੇ ਤੁਸੀਂ ਆਪਣਾ ਲੰਬੜਦਾਰੀ ਫਿਰ ਛੱਡ ਕੇ ਉੱਥੋਂ ਤੁਰੇ ਹੋ? ਨਹੀਂ, ਇੱਥੇ ਨਹੀਂ ਫਿਰੇ, ਉੱਥੋਂ ਉਹਨਾਂ ਦਾ ਪਿੱਛੋਂ ਨਾ, ਹਾਂ, ਉਹ ਮੁੰਡਾ ਨਿਆਣਾ ਸੀ, ਹਾਂ, ਉਹ 7-8 ਸਾਲ ਫਿਰ ਮੈਂ ਮਾਮਲਾ ਲਿਆ। ਅੱਛਾ ਅੱਛਾ, ਫਿਰ ਉਹਨੂੰ ਕਿਹਾ ਸਾਂਭੋ ਗਿਆ। ਅੱਛਾ ਅੱਛਾ, ਮੈਂ ਬਾਹਰ ਬੰਦਾ ਸੀ। ਤੇ ਕਿੰਨੀ ਜ਼ਮੀਨ ਸੀ ਆਪਣੀ, ਭੌਂ ਕਿੰਨੀ ਸੀ ਉੱਥੇ ਜਿਹੜੀ ਤੁਸੀਂ ਛੱਡ ਕੇ ਆਏ ਹੋ? ਉੱਥੇ 15 ਕਿੱਲੇ। 15 ਕਿੱਲੇ ਦੀ ਵਾਈ ਸੀ ਆਪਣੀ? ਹਾਂ, 15 ਦੀ ਵਾਈ ਸੀ। ਠੀਕ ਹੈ। ਬਰਾਨਾ ਤੇ ਇੱਥੇ ਤਾਂ ਅਲੱਗ ਅਲੱਗ ਵਾਈ ਹੁਣ ਬਥੇਰੀ ਆਪਣੀ। ਅੱਛਾ, ਮੈਨੂੰ ਇੱਕ ਗੱਲ ਦੱਸੋ, ਜਦੋਂ ਤੁਸੀਂ ਉੱਥੇ, ਤੁਹਾਡੀ 19 ਸਾਲ ਉਮਰ ਹੈ, ਤੁਸੀਂ 19 ਸਾਲ ਉੱਥੇ ਗੁਜ਼ਾਰੇ ਨੇ ਉਸ ਪਿੰਡ ਦੇ ਵਿੱਚ ਰਹੇ ਹੋ, ਇੱਕ ਪੱਤੀ ਤੁਹਾਡੀ ਸੀ, ਇੱਕ ਆਪਣਾ ਸਿੱਖਾਂ ਦੀ ਸੀ, ਇੱਕ ਸਾਈਡ 'ਤੇ ਮੁਸਲਮਾਨ ਸਨ, ਕਦੀ ਮਤਲਬ ਇਸ ਗੱਲ ਤੋਂ ਲੜਾਈ ਝਗੜਾ ਹੋਇਆ ਹੋਵੇ ਕਿ ਉਹ ਸਿੱਖ ਨੇ ਅਤੇ ਤੁਸੀਂ ਮੁਸਲਮਾਨ ਹੋ ਮਜ਼ਹਬ ਦੇ ਨਾਂ 'ਤੇ? ਕੋਈ ਨਹੀਂ, ਬਾਂਗਾ ਦਿੰਦੇ ਸੀ। ਅੱਛਾ, ਉਹ ਸੰਖ ਵਜਾਉਂਦੇ ਸੀ। ਅੱਛਾ ਅੱਛਾ ਅੱਛਾ, ਖੁਸ਼ੀ ਗਮੀ ਕਿਵੇਂ ਵਰਤਦੇ ਸੀ ਇੱਕ ਦੂਸਰੇ ਨਾਲ? ਖੁਸ਼ੀ ਗਮੀ ਦੇ ਸਾਦੇ ਸੀ, ਇੱਕ ਦੂਜੇ ਨੂੰ ਖਾਣੇ ਖਵਾਉਂਦੇ ਸੀ। ਅੱਛਾ, ਠੀਕ ਹੈ, ਮਤਲਬ ਕਿਸੇ ਕਿਸਮ ਦਾ ਕੋਈ ਮਸਲਾ ਕੋਈ ਨਹੀਂ ਸੀ? ਕੋਈ ਮਸਲਾ ਨਹੀਂ ਸੀ ਕਿਸੇ ਵੀ ਕਿਸਮ ਦਾ। ਤੇ ਜਦੋਂ ਤੁਸੀਂ ਉੱਥੋਂ ਉੱਠੇ ਹੋ, ਨਿਕਲ ਚੱਲੇ ਉੱਥੋਂ, ਕਿੰਨੇ ਟਾਈਮ 'ਚ ਉੱਥੋਂ ਚੱਲ ਕੇ ਅਤੇ ਪਾਕਿਸਤਾਨ ਪਹੁੰਚੇ ਹੋ, ਅਤੇ ਕਿੱਥੇ ਕਿੱਥੇ ਰੁਕੇ ਹੋ, ਅਤੇ ਕਿੰਨਾ ਕੁ ਰਸਤੇ ਦੇ ਵਿੱਚ ਕੀ ਵੇਖਿਆ? ਕਿੰਨੇ ਟਾਈਮ 'ਚ ਮਤਲਬ ਕਦੋਂ, ਜਦੋਂ ਨਿਕਲੇ ਹੋ ਆਪਣੇ ਪਿੰਡੋਂ? 1 ਮਹੀਨਾ ਤਾਂ ਉੱਥੇ ਰਹਿਣਾ। ਅੱਛਾ, ਜਿੱਥੋਂ ਚੱਲੇ ਹਾਂ। ਠੀਕ ਹੈ, 1 ਮਹੀਨਾ ਫਿਰ ਸਾਨੂੰ ਲੱਗਾ ਰਾਜ। ਠੀਕ ਹੈ, ਯਾਨੀ ਕਿ 1 ਮਹੀਨਾ ਫਿਰ ਰਾਜ ਲੱਗਾ ਪੂਰਾ। ਠੀਕ, ਰਸਤੇ 'ਚ ਕੀ ਕੁਛ ਵੇਖਿਆ ਜੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ? ਹਾਂ, ਮਤਲਬ ਸਲਾਬ ਤੋਂ ਇਲਾਵਾ ਕਤਲੋ ਗੈਰਤ ਕੀ ਸੀ? ਜਿਹੜੇ ਮਰੇ ਸੀ ਤੇ ਦੂਸਰੇ ਆਪਣੇ ਆਪਣੀ ਟੋਕੀ ਸੀ ਇਹ ਦੇਖੇ। ਅੱਛਾ, ਯਾਨੀ ਲੋਕਾਂ ਨੇ ਜਿਹੜੇ ਲੋਕਾਂ ਨੇ ਰਸਤੇ ਦੇ ਵਿੱਚ ਵੱਢ ਟੋਕ ਹੋਇਆ ਮਾਰਿਆ ਲੋਕਾਂ ਨੂੰ, ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਸੀ? ਸਾਹਮਣੇ। ਅੱਛਾ, ਤੇ ਬਾਕੀ ਅੱਲਾ ਪਾਕ ਨੇ ਸਾਨੂੰ ਤਾਂ ਇਹ ਵੀ ਅਸੀਂ ਤੇ ਬਚੇ ਰਹੇ, ਨਾ ਸਾਨੂੰ ਜਸੇ ਨੇ ਪਿਆ ਕੋਈ। ਅੱਛਾ, ਸਾਨੂੰ ਜਸਾ ਵੀ ਕੋਈ ਨਹੀਂ ਪਿਆ। ਠੀਕ ਹੈ, ਤੁਸੀਂ ਖੈਰੀ ਸਲਾਮ ਦੀ ਪਹੁੰਚ ਗਏ? ਖੈਰੀ ਸਲਾਮ ਦੀ ਪਾਕ ਖੈਰੀ ਸਲਾਮ ਦੀ ਪੁੱਤਰ ਪਹੁੰਚ ਗਏ। ਹਾਂ, ਅੱਲਾ ਪਾਕ ਨੇ ਬੜੀ ਤੰਦਰੁਸਤੀ ਦਿੱਤੀ ਹੈ। ਤੇ ਇੱਥੇ ਵੀ ਹੁੰਦੇ ਨਾ, ਹੁਣ ਇੰਨੀ ਉਮਰ ਦਾ ਤਾਂ ਬੰਦਾ ਹਿੱਲ ਨਹੀਂ ਸਕਦਾ ਮੰਜੇ ਤੋਂ। ਹੁਣ ਜਿਹੜਾ ਤੁਸੀਂ ਅੱਜ ਮਿਲ ਕੇ ਆਏ ਹੋ ਆਪਣੇ ਪਿੰਡ ਦੇ ਬੰਦਿਆਂ ਨੂੰ, ਉਹ ਨੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਸੀ, ਉਹਨਾਂ ਦੇ ਅੱਗੋਂ ਔਲਾਦਾਂ ਨੇ? ਉਹਨਾਂ ਦੇ ਪੇਵਾਂ ਨੂੰ, ਉਹਨਾਂ ਦੇ ਪਿਓਵਾਂ ਨੂੰ ਅੱਗੋਂ, ਮੈਂ ਉਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਸੀ ਉਹਨਾਂ ਦੀਆਂ ਔਲਾਦਾਂ ਸਨ? ਉਹਨਾਂ ਦੀ ਔਲਾਦਾਂ ਮਿਲਣ ਆਈਆਂ, ਉਹਨਾਂ ਦੀਆਂ ਕੁੜੀਆਂ ਉਹ ਮਿਲਣ ਆਇਆ। ਅੱਛਾ ਅੱਛਾ, ਇਹਨਾਂ ਨਾਲ ਰਾਬਤਾ ਕਿਸ ਤਰ੍ਹਾਂ ਹੋਇਆ ਸੀ ਤੁਹਾਡਾ? ਰਾਬਤਾ ਇੱਦਾਂ ਹੋਇਆ ਸੀ, ਮੈਂ ਦਿੱਤਾ ਸੀ ਨਾਟ। ਕੀ ਕੀਤਾ ਸੀ? ਨਿਊਜ਼ੀਲੈਂਡ ਪਹੁੰਚਿਆ ਲੋ ਜੀ, ਆ ਮੈਂ ਬਾਬਾ ਜੀ ਦੀ ਗੱਲ ਟੋਕ ਲੰਗਾ ਵਾ, ਪੰਜਾਬੀ ਲਹਿਰ ਨੇ ਬੰਦਿਆਂ ਨੂੰ ਇਹਨਾਂ ਦੇ ਪਿੰਡ ਵਾਲਿਆਂ ਨਾਲ ਮਿਲਾਇਆ, ਤੇ ਅੱਜ ਇਹਨਾਂ ਦੀ ਮੁਲਾਕਾਤ ਹੋਈ। ਮੈਨੂੰ ਨਹੀਂ ਸੀ ਪਤਾ, ਮੈਂ ਵੀ ਐਵੇਂ ਅਚਾਨਕ ਹੀ ਪਹੁੰਚਿਆ ਅਤੇ ਬਜ਼ੁਰਗ ਆਏ ਮੈਨੂੰ, ਤਾਂ ਹੁਣ ਪਤਾ ਚੱਲਿਆ ਕਿ ਪਿੱਛੇ ਬਿਹਾਈਂਡ ਜਿਹੜੀ ਸਟੋਰੀ ਕਵਰ ਹੋਈ ਹੈ ਜਾਂ ਇਹਨਾਂ ਦੀ ਪਿੰਡ ਵਾਲਿਆਂ ਨਾਲ ਮੁਲਾਕਾਤ ਸੀ, ਉਹ ਇਹਨਾਂ ਨੂੰ ਪੰਜਾਬੀ ਲਹਿਰ ਦੇ ਥਰੂ ਮੁਲਾਕਾਤ ਹੋਈ ਹੈ, ਪਰ ਬਾਬਾ ਜੀ ਨੇ ਦੱਸਿਆ ਨਹੀਂ ਅੱਜ ਆਏ ਨੇ, ਤਾਂ ਅਸੀਂ ਵੀ ਇਹਨਾਂ ਨੂੰ ਛਾਪਾ ਮਾਰਿਆ, ਅਸੀਂ ਪੜ ਲਿਆ ਇਹਨਾਂ ਨੂੰ। ਚਲੋ ਜੀ, ਵਧੀਆ ਹੋ ਗਿਆ, ਵਧੀਆ ਹੋ ਗਿਆ। ਕਿਵੇਂ ਦਾ ਲੱਗਾ ਫਿਰ ਆਪਣੇ ਪਿੰਡ ਦੇ ਬੰਦਿਆਂ ਨੂੰ ਮਿਲ ਕੇ, ਅਤੇ ਕਿੰਨੇ ਟਾਈਮ ਤੋਂ ਤੁਹਾਡਾ ਰਾਬਤਾ ਇਹਨਾਂ ਨਾਲ? ਇਹਨਾਂ ਤੋਂ ਹੋ ਗਿਆ ਕੋਈ 2 ਸਾਲ। ਅੱਛਾ, 2 ਸਾਲ ਹੋ ਗਏ ਨੇ ਜਦੋਂ ਨੈੱਟ ਦਿੱਤਾ। ਅੱਛਾ, ਉਦੋਂ ਦਾ ਹੋਇਆ ਰਾਬਤਾ, ਪਹਿਲੇ ਕੋਈ ਨਹੀਂ ਸੀ। ਠੀਕ ਹੈ, ਪਹਿਲੇ 17-72 ਸਾਲਾਂ 'ਚ ਕੋਈ ਨਹੀਂ, ਹੁਣ 2 ਸਾਲ ਹੋ ਗਿਆ, ਤੀਜਾ ਸਾਲ ਚੱਲ ਗਿਆ ਹਾਂ ਜਦੋਂ ਦਾ ਰਾਬਤਾ ਹੋਇਆ ਇਹਨਾਂ ਦਾ। ਠੀਕ ਹੈ, ਅਤੇ ਬੜੇ ਖੁਸ਼ੀ ਖਿਲਾਲੀ ਨੇ, ਬੱਲੇ ਬੱਲੇ ਬੱਲੇ, ਕਿਆ ਹੀ ਬਾਤ ਹੈ। ਹੁਣ ਫਿਰ ਕੋਈ ਉਹਨਾਂ ਨਾਲ ਕੋਈ ਗੱਲਬਾਤ ਤੈਅ ਪਾਈ ਹੈ ਕਿ ਤੁਸੀਂ ਇੱਧਰ ਪਾਕਿਸਤਾਨ ਆਉਣਾ ਹੈ ਜਾਂ ਤੁਸੀਂ ਇੰਡੀਆ ਜਾਣਾ? ਹਾਂ, ਉਹਨਾਂ ਨੂੰ ਕਿਹਾ ਮੈਨੂੰ ਬਣਾ, ਹਾਂ, ਉਹ ਨਹੀਂ ਕਿਹਾ ਵੀ ਸਾਨੂੰ ਆਪਣਾ ਥਾਂ ਟਿਕਾਣਾ ਹਰ ਜੀ ਲੈ ਕੇ ਦੇ। ਅੱਛਾ, ਉਹ ਜਾ ਕੇ ਦੇਵਾਂਗੇ ਨਾ ਆਪਣਾ ਜ਼ਮੀਨ ਭਾਵਾਂ ਪੌਂਡਾ ਆਪਣੇ ਹਰ ਚੀਜ਼ ਦੇਵਾਂਗੇ ਨਾ। ਠੀਕ ਹੈ, ਤੇ ਫਿਰ ਅਸੀਂ ਤੇਰਾ ਇੰਤਜ਼ਾਮ ਕਰਾਂਗੇ। ਚਲੋ, ਖੈਰ, ਰੱਬ ਸੁਣੋ, ਖੈਰ ਕਰੇ। ਤੁਸੀਂ ਪਾਸਪੋਰਟ ਬਣਾਓ ਪਹਿਲੇ, ਬਣਿਆ ਕਿ ਨਹੀਂ? ਨਹੀਂ
ਨਹੀਂ ਬਣਿਆ ਪਾਸਪੋਰਟ ਦੂਜਾ ਬਣਿਆ ਸੀ ਨਾ ਹਜ ਵਾਲਾ ਹਾਂ ਉਹਦੇ ਉਹ ਹਜ ਵਾਲਾ ਉਹੀ ਹੁੰਦਾ ਹੈ ਐਕਸਪਾਇਰ ਹੋ ਗਿਆ ਸਰ ਅੱਛਾ ਉਹਨੂੰ ਰੀਨਿਊ ਕਰਵਾ ਲਓ ਉਹਨੂੰ ਰੀਨਿਊ ਕਰਵਾ ਲਓ ਖਤਮ ਹੋ ਗਿਆ ਨਾ ਠੀਕ ਹੈ ਹਜ ਕੀਤਾ ਫਿਰ ਹਜ 98 ਚ ਵਾਹ ਭਾਈ ਵਾਹ ਪਿਛਲੇ ਮਹੀਨੇ ਦੀ 8 ਤਰੀਕ ਚੌਥੇ ਮਹੀਨੇ ਦੀ 20 ਨੂੰ ਕਰ ਰਿਹਾ ਠੀਕ ਛਾਲਾ ਮਾਰਨਾ ਛਾਲਾ ਮਾਰ ਮਾਰ ਕਿਆ ਬਾਤ ਹੁਣ ਅੱਜ ਕੱਲ੍ਹ ਇੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਤੁਸੀਂ ਕੀ ਕਰਦੇ ਆ ਕੇ ਇੱਥੇ ਕੀ ਕੰਮ ਕੀਤਾ ਪਾਕਿਸਤਾਨ ਦੇ ਵਿੱਚ ਜਦੋਂ ਉੱਥੋਂ ਆਏ ਸੀ ਜ਼ਿਮੀਂਦਾਰੀ ਕੀਤਾ ਕੋਈ ਕੰਮ ਨਹੀਂ ਕੀਤਾ ਅੱਛਾ ਕਿੰਨੀ ਜ਼ਮੀਨ ਆਪਣੇ 11 ਕਿੱਲੇ ਜ਼ਮੀਨ ਇੱਥੇ ਲੱਭੀ ਸੀ ਉੱਥੇ 15 ਕਿੱਲੇ ਸੀ ਨਾ ਇੱਥੇ ਕਿੰਨੀ ਪਈ 11 ਕਿੱਲੇ ਪਈ ਤੇ 11 ਕਿੱਲਿਆਂ ਦੇ ਫਿਰ ਵਾਹੀ ਕੀਤੀ ਆਪਣੀ ਆਵਾਜ਼ ਸੁਣੀ ਪਹਿਲੇ ਹੁਣ ਤਾਂ ਮੇਰੇ ਕੋਲ ਹੈਗਾ 34-35 ਕਿੱਲੇ ਅੱਛਾ ਲੈ ਬਈ ਬਾਬਾ ਤੇ ਤਗੜੀ ਸਾਮੀ ਹੈ ਮੈਂ ਮਰੱਬਾ ਡੇਢ ਮਰੱਬੇ ਨੂੰ ਹੱਥ ਪਾਉਂਦਾ ਬਾਬਾ ਪੋਤੇ ਜਿਹੜੇ ਨੇ ਇਹਨਾਂ ਦੇ ਹਿੱਸੇ ਤੇ ਦਿਲ ਕਰੇ ਜੇ 4 ਭਰਾ ਹੋਏ ਤੇ 2-2 ਕਿੱਲੇ ਵੀ ਨਾ ਆਈ ਪੋਤੇ ਨੇ ਉਹਨਾਂ ਦੇ ਹਿੱਸੇ ਚ ਆ ਗਈ ਜਿਵੇਂ ਇਹ ਦੋ ਨੇ ਇਹਨਾਂ ਦੇ 6-6 ਆ ਗਈ ਠੀਕ ਹੋ ਗਿਆ ਦਫਾ ਕਰ ਬਈ ਉਹ ਬੰਦਾ ਸੀ ਕੋਈ ਪਿੰਡ ਚ ਬੇਟਾ ਸਾਡੇ ਪਿੰਡ ਚ ਹੋਈਆਂ ਇੱਕ ਵਾਰ ਕਾਸ਼ੀ ਸੀ ਬਹੁਤ ਬਦਮਾਸ਼ ਬੰਦਾ ਅੱਛਾ ਪਹਿਲੇ ਤੋਂ ਲੱਤ ਟੁੱਟੀ ਅੱਛਾ ਫਿਰ ਜਿਸ ਮੰਜਾ ਟੁੱਟਿਆ ਮੰਜੇ ਦੀ ਬਾਹੀ ਟੁੱਟ ਅੱਛਾ ਉਹਨੂੰ ਮਸਾਂ ਹੀ ਕਬਰਾਂ ਛੱਡ ਗਿਆ ਹਾਂ ਬਸ ਇੰਜ ਇੰਜ ਹੀ ਹੁੰਦਾ ਜੀ ਮਾੜੇ ਕੰਮ ਦਾ ਕੋਈ ਨਤੀਜਾ ਨਹੀਂ ਹੈ ਮਾੜਾ ਹੀ ਨਤੀਜਾ ਹੈ ਹੋਰ ਸੁਣਾਓ ਫਿਰ ਕੋਈ ਗੱਲਬਾਤ ਅੱਜ ਕੱਲ੍ਹ ਫਿਰ ਰਿਟਾਇਰ ਜੇ ਕੋਈ ਕੰਮ ਸ਼ਾਮ ਕੋਈ ਨਹੀਂ ਕਰਦੇ ਕੰਮ ਬਸ ਇੰਨਾ ਕੀ ਆ ਹਾਂ ਉਹਨਾਂ ਕੰਨੇ ਕਿਲਾ ਲੈਣੇ ਅੱਛਾ ਉਹਨਾਂ ਦਾ ਹਿਸਾਬ ਕਰੇ ਪੈ ਲੈਣਾ ਨੇ ਅੱਲਾ ਬਈ ਮਾ ਕੀ ਕਹਿੰਦੇ ਨੇ ਉਹ ਬਾਬਾ ਕੈਸ਼ੀਅਰ ਹੈ ਅੱਛਾ ਹਾਂ ਸਭ ਖਰਚਾ ਕਰਦਾ ਵੀ ਉਹਨਾਂ ਨੂੰ ਵੀ ਜਿੰਨੇ ਮੰਗਣੇ ਵਾਲਾ ਚੱਕੋ ਇਹ ਨਹੀਂ ਕਹਿਣਾ ਏ ਨਾ ਮੈਂ ਕਹਾਂ ਮਾਲ ਤੇ ਬਾਬਾ ਲੱਗਾ ਇਸ ਟਾਈਮ ਮੈਂ ਮਾਲ ਕਾ ਮਿਹਨਤ ਕੇ ਲੱਗਾ ਹੈ ਫਾਈਨਾਂਸ ਆ ਜੀ ਬਾਬਾ ਫਾਈਨਾਂਸ ਦਾ ਡਿਪਾਰਟਮੈਂਟ ਬਾਬੇ ਕੋਲ ਬਾਈ ਹਾਂਜੀ ਹਾਂਜੀ ਅਸੀਂ ਮਹਿਕਮਾ ਮਾਲ ਤੇ ਲੱਗੇ ਹਾਂ ਹਾਂ ਉਹ ਜਿਸਲੇ ਵੀ ਕੋਈ ਕਵੇ ਨਾ ਬਾਬਾ ਇੰਨੇ ਚਾਹੀਦੇ ਆ ਹਾਂ ਚੱਕੋ ਚੱਕ ਬਾਈ ਕੰਮ ਵੀ ਉਹਨਾਂ ਨੇ ਕਰਨਾ ਹੋਇਆ ਹਾਂ ਠੀਕ ਨੀ ਹਾਂ ਹਾਂ ਬਿਲਕੁਲ ਏਦਾਂ ਹੀ ਚਲੋ ਜੀ ਵਧੀਆ ਗੱਲ ਹੈ ਵੱਡਿਆਂ ਦੇ ਨਾਲ ਬਾਰਾਂ ਨੇ ਵੱਡਿਆਂ ਦੇ ਨਾਲ ਮੈਂ ਬਾਰਾਂ ਨੇ ਕਈ ਬੰਦੇ ਸੋਚਦੇ ਵੀ ਨੇ ਮਰੇ ਤੇ ਕਰੋ ਗੱਲ ਕਰੋ ਗੱਲ ਉਹ ਇਹ ਵੀ ਘੱਟ ਲੋਕ ਜਿਹੜੇ ਲੋਕ ਨੇ ਛੋਟੀ ਸੋਚ ਦੇ ਮਾਲਕ ਜਿਹੜੇ ਮੈਂ ਛੋਟੀਆਂ ਸੋਚਾਂ ਦੇ ਮਾਲਕ ਨੇ ਨਾ ਉਹ ਇਸ ਚੀਜ਼ ਦੇ ਪਿੱਛੇ ਭੱਜਦੇ ਨੇ ਮਾਲ ਮੂਲ ਦੇ ਪਿੱਛੇ ਤੇ ਜਿਹੜੇ ਕੋਈ ਬੰਦੇ ਨੇ ਨਾ ਬੰਦਿਆਂ ਪਿੱਛੇ ਭੱਜਦੇ ਨੇ ਉਹ ਠੀਕ ਹੈ ਤੇ ਬੰਦਿਆਂ ਨਾਲ ਹੀ ਵਰਤਣਾ ਹੁੰਦਾ ਉਹਨਾਂ ਨਾਲ ਹੀ ਉੱਠਣਾ ਬਹਿਣਾ ਉਹਨਾਂ ਨਾਲ ਹੀ ਖਲੋਣਾ ਚੀਜ਼ਾਂ ਜਿਹੜੀਆਂ ਨੇ ਇਹ ਕਿਸੇ ਦੀਆਂ ਹੋਈਆਂ ਨੇ ਕੱਲ ਮੈਂ ਕਿਹਾ ਫਿਰ ਆਪਣਾ ਇੱਕ ਨੂੰ ਮੁੰਡੇ ਨੂੰ ਤੁਸੀਂ ਦੋ ਨੂੰ ਮੈਂ ਕਿਹਾ ਮੈਨੂੰ ਤੁਸੀਂ ਯਾਦ ਕਰਿਆ ਕਰਨਾ ਹਾਂ ਤੇ ਬਾਬਾ ਸਾਡਾ ਚੰਗਾ ਹੁੰਦਾ ਸੀ ਹੁਣ ਤੁਸੀਂ ਕਹਿੰਦੇ ਦਵਾ ਮਰੇ ਨਹੀਂ ਨਹੀਂ ਇਦਾਂ ਨਹੀਂ ਹੈ ਕੋਈ ਨਹੀਂ ਕਹਿੰਦਾ ਜਿਹੜਾ ਨਾ ਉਮਰ ਦਾ ਇੱਕ ਉਹ ਹਿੱਸਾ ਜਿੱਥੇ ਬੁਢਾਪਾ ਆ ਜਾਂਦਾ ਜੇ ਉਹਦੇ 'ਚ ਔਲਾਦ ਚੰਗੀ ਹੈ ਔਲਾਦ ਵਾਸਤੇ ਬੰਦਾ ਸਾਰੀ ਜ਼ਿੰਦਗੀ ਭੱਜਦਾ ਦੌੜਦਾ ਅਤੇ ਜਦੋਂ ਤੁਸੀਂ ਉਮਰ ਦੇ ਉਸ ਹਿੱਸੇ 'ਚ ਆ ਜਾਂਦੇ ਹੋ ਤਾਂ ਔਲਾਦ ਦਾ ਫਰਜ਼ ਬਣ ਜਾਂਦਾ ਕਿ ਉਹ ਤੁਹਾਡਾ ਖਿਆਲ ਕਰੇ ਜੀ ਆਪਾਂ ਅੰਦਰੋਂ ਦਰਸ਼ਨ ਕਰਕੇ ਅਤੇ ਪਹੁੰਚ ਕੇ ਵਾਪਸ ਹੁਣ ਜਾ ਰਹੇ ਹਾਂ ਲਾਹੌਰ ਨੂੰ